ਅਸਲਾਮ ਵਾਲੇਕੁਮ ਰਹਿਮਤੁਲਾ ਵਬਰਕਾਤੋ। ਹਕੀਮ ਮੁਹੰਮਦ ਇਜਾਜ਼ ਅਲੀ ਤੁਹਾਡੇ ਨਾਲ ਅੱਜ ਮਾਮਿਆਂ ਕਲੋਨੀ ਫਲਾਈ ਓਵਰ ਦਾ ਜਿਹੜਾ ਵਿਜ਼ਿਟ ਕਰ ਰਹੇ ਹਾਂ ਜਨਾਬ, ਅਤੇ ਕੀ ਰਹਿ ਗਿਆ ਅਤੇ ਕਿਵੇਂ ਰਹਿ ਗਿਆ, ਕੀ ਸੂਰਤ ਹਾਲ ਹੈ ਮਾਮਿਆਂ ਕਲੋਨੀ ਫਲਾਈ ਓਵਰ ਦੀ? ਅੱਜ ਵੀ ਸਫਾਈ ਦਾ ਇੰਤਜ਼ਾਮ ਕੋਈ ਨਹੀਂ ਬਿਲਕੁਲ ਵੀ। ਅੱਜ ਪੀਰ ਸ਼ਰੀਫ ਸੀ ਅਤੇ ਸਫਾਈ ਵੇਖ ਲਓ ਤੁਹਾਡੇ ਸਾਹਮਣੇ, ਕੋਈ ਨਹੀਂ ਅੱਗੇ ਵੇਖਣਾ ਜਾ ਕੇ। ਇੱਥੇ ਸਾਰੇ ਦੋਸਤਾਂ ਅੱਗੇ ਇਹ ਵੀ ਗੁਜ਼ਾਰਿਸ਼ ਕਰਦਾ ਚੱਲਾਂ, ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਵੀ ਕਰ ਲਿਆ ਕਰੋ ਔਰ ਬੈੱਲ ਆਈਕਨ ਦਬਾ ਕੇ ਅਤੇ ਵੀਡੀਓ ਸ਼ੇਅਰ ਵੀ ਕਰਿਆ ਕਰੋ। ਆ ਫਲਾਈ ਓਵਰ ਦੇ ਥੱਲੇ ਆ ਜਗ੍ਹਾ, ਇਹਨਾਂ ਨੂੰ ਆਰਡਰ ਦਿੱਤਾ ਗਿਆ ਵੀ ਆਪਣਾ ਹੋਟਲ ਇਹ ਸਮਾਨ ਆਪਣਾ ਪੁੱਟੀ ਬੈਠੇ ਨੇ ਤਕਰੀਬਨ ਖਾਲੀ ਕੀਤੀ ਲਓ, ਅਤੇ ਇੱਥੇ ਖੋਖਾ ਸੀ, ਪਾਨਾ ਸੀ, ਟਾਂ ਦੁਕਾਨ ਸੀ, ਨਾਲ ਇੱਕ ਹੋਟਲ ਟਾਈਪ ਸੀ ਕੰਮ। ਇਹ ਫਲਾਈ ਓਵਰ ਦੇ ਇਹ ਉਹ ਆਪਣਾ ਜੁਆਇੰਟ ਨੇ ਜਿਹੜੇ ਐਵੇਂ ਮਹੀਨਾ ਬੰਦ ਰੱਖੀ ਰੱਖੇ, ਜਿਹਨਾਂ ਨੂੰ ਮੁਕੰਮਲ ਕਰਨਾ ਸਮਝੋ ਕਿ ਇਹਨਾਂ ਨੂੰ ਨਾ ਪਰੇਸ਼ਾਨੀ ਲੱਗ ਰਹੀ ਸੀ ਸਿਆਸਤੀ ਤੌਰ 'ਤੇ। ਅਤੇ ਇਹ ਤੁਸੀਂ ਵੇਖ ਲਓ, ਇਹ ਖੱਡਾ ਜਿਹਾ ਬਣਿਆ ਪਿਆ ਵੇ, ਅਤੇ ਸਫਾਈ 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 ਇਹ ਮਾਮਿਆਂ ਕਲੋਨੀ ਬਾਜ਼ਾਰ। ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ ਹੈ, ਫਲਾਈ ਓਵਰ ਬਣਨ ਦੇ ਨਾਲ ਆਵਾਮ ਨੂੰ ਸਹੂਲਤ ਮਿਲ ਗਈ, ਲੇਕਿਨ ਥੋੜ੍ਹਾ ਜਿਹਾ ਸਫਰ ਸਫਾਈ ਦਾ ਮਾਮਲਾ ਬਿਹਤਰ ਹੋ ਜਾਵੇ ਨਾ, ਕਿਉਂਕਿ ਜਦੋਂ ਬਾਰਿਸ਼ ਹੁੰਦੀ ਹੈ ਇੱਥੇ ਪਾਣੀ ਖਲੋਤਾ ਰਹਿੰਦਾ ਕਿੰਨੇ ਕਿੰਨੇ ਦਿਨ, ਪਾਣੀ ਖੜ੍ਹੇ ਹੋਣ ਦੀ ਵਜ੍ਹਾ ਕਰਕੇ ਤੁਹਾਨੂੰ ਪਤਾ ਇੱਕ ਸੜਕ ਜਲਦ ਖਰਾਬ ਹੋ ਜਾਂਦੀ ਹੈ। ਇੱਧਰ ਰੋਣ ਦਿਖਾਉਂਦੇ ਜਨਾਬ ਵਾਲੀ, ਗੰਦ ਕਿੰਨਾ ਉੱਥੇ ਰੋਡ 'ਤੇ ਪਿਆ, ਛੋਟੀ ਵੱਡੀ ਸਾਰੀ ਹਰ ਤਰ੍ਹਾਂ ਦੀ ਟ੍ਰੈਫਿਕ ਜਿਹੜੀ ਰੋਡ ਦੇ ਉੱਤੋਂ ਲੰਘ ਰਹੀ ਹੈ। ਇਹ ਜਨਾਬ ਵਾਲੀ ਰੇਲਵੇ ਟ੍ਰੈਕ ਜੇ, ਇਹ ਉਹ ਪੁਆਇੰਟ ਨੇ ਯਾਨੀ ਕਿ ਜੁਆਇੰਟ ਨੇ ਜਿਹੜੇ ਕਿ ਜਿੰਨਾ ਬੜਾ ਕੰਮ ਲਮਕਾਈ ਰੱਖਿਆ ਵੇ, ਐਵੇਂ ਬੇਤੁਕਾ ਲਮਕਾਈ ਰੱਖਿਆ ਨੂੰ ਕੰਮ। ਅਤੇ ਇਹ ਜੁਆਇੰਟ ਲੱਗਣੇ ਸਨ ਜਦੋਂ, ਅਤੇ ਉੱਧਰ ਇਹਨਾਂ ਉੱਤੇ ਇੰਟਰੀ ਬੰਦ ਕਰਤੀ ਸਾਰੇ ਯੂਟਿਊਬਰਾਂ ਦੀ ਅਤੇ ਫੇਸਬੁੱਕਾਂ ਦੀ ਅਤੇ ਜਿਹੜੇ ਵੀ ਵੀਡੀਓ ਬਣਾਉਂਦੇ ਸਨ ਸਾਰੀਆਂ ਦੀ। ਖੈਰ ਅਸੀਂ ਔਖੇ ਸੌਖੇ ਬਣਾਉਂਦੇ ਰਹੇ, ਵਰਕਿੰਗ ਡੇ ਸ਼ੁਰੂ ਹੋਏ, ਪਰਦੇਸੀ ਸ਼ਹਿਰ ਨੂੰ ਵਾਪਸ ਆ ਚੁੱਕੇ ਨੇ ਕੰਮਾਂ ਵਾਲੇ ਨੂੰ। ਹੁਣ ਸਾਈਡਾਂ ਵਾਲੇ ਜਿਹੜੇ ਸੜਕਾਂ ਨੇ ਉਹਨਾਂ ਦਾ ਕੰਮ ਬਕਾਇਆ ਰਹਿ ਗਿਆ, ਇਨਸ਼ਾਅੱਲਾ ਉਹ ਵੀ ਉਮੀਦ ਤਾਂ ਬੜੀ ਹੈ। ਦੇਖੋ ਨਾ ਵਰਕ ਹੋ ਰਿਹਾ ਕਰੇਨ ਦੇ ਨਾਲ, ਜੋ ਵੀ ਇਹਦਾ ਮਿੱਟੀ ਘੱਟਾ ਪਾ ਰਹੇ ਨੇ, ਜੋ ਮੀਨਿੰਗ ਡਰੇਨ ਵਰਕ ਜਿਹੜਾ ਹੈ ਉਹ ਕੰਪਲੀਟ ਹੁੰਦਾ ਪਿਆ। ਪਰਚੀ ਵਾਲੇ ਮਾਫੀਆ ਜਨਾਬ ਵਾਲੇ ਖਲੋਤੇ ਨੇ, ਥੋੜ੍ਹਾ ਜਿਹਾ ਅੱਜ ਰਸ਼ ਨਹੀਂ ਹੈਗਾ, ਨਹੀਂ ਤਾਂ ਦੋ ਚਾਰ ਰਕਸ਼ੇ ਜ਼ਰੂਰ ਖਲੋਤੇ ਹੁੰਦੇ ਨੇ। ਇਹ ਤੁਸੀਂ ਵੇਖ ਸਕਦੇ ਆ ਰੋਡ ਦੇ ਉੱਤੇ ਪਿਆ ਆ ਢੇਰ ਲੱਗਾ, ਜੇ ਕੋਈ ਸਫਾਈ ਨਹੀਂ, ਇੰਤਜ਼ਾਮੀਆ ਹੋਰ ਕਰੇ ਯਾਰ ਰੋਡ ਦੀ ਸਫਾਈ ਦਾ ਖਿਆਲ ਕਰਨ ਯਾਰ, ਜਿਹੜੇ ਇੱਥੇ ਮੁਤਲਕਾ ਅਦਾਰ ਫਲਾਈਓਵਰ 'ਤੇ ਉੱਤਰ ਕੇ ਜਨਾਬ ਜਿਹੜਾ ਸਾਹਮਣੇ ਸਟੈਂਡ ਆਪਣਾ ਪਰਚੀ ਵਾਲੇ ਖਲੋਤੇ ਨੇ,
ਇਹਨਾਂ ਰਾਹ ਦੇ ਉੱਤੇ ਗੱਡੀਆਂ ਖੜ੍ਹੀਆਂ ਰਕਸ਼ੇ ਖੜ੍ਹੇ ਕਰ ਲੈਂਦੇ ਨੇ, ਅਤੇ ਪਿੱਛੇ ਸਪੀਡ ਨਾਲ ਗੱਡੀ ਆਉਂਦੀ ਹੋਵੇ ਨਾ ਅਤੇ ਯਾਰ ਉਹ ਨੁਕਸਾਨ ਹੋ ਸਕਦਾ। ਅੱਲਾਹ ਤਾਲਾ ਇਹਨਾਂ ਨੂੰ ਤਹਿਤ ਦੇਵੇ, ਇਹੀ ਦੁਆ ਕਰ। ਇਹ ਥੋੜ੍ਹਾ ਜਿਹਾ ਪਿੱਛੇ ਹਟ ਕੇ ਖਲੋ ਜਾਵਣ ਤਾਂ ਬਿਹਤਰ ਨਹੀਂ ਹੈ। ਰਕਸ਼ਿਆਂ ਵਾਲੇ ਵੀ ਤਾਂ ਮਾਫੀ ਨਹੀਂ ਦਿੰਦੇ, ਉਹ ਕੋਸ਼ਿਸ਼ ਕਰਦੇ ਸਾਡੇ ਪਰਸੀ ਬਚ ਜਾਵੇ, ਅਤੇ ਜਿਹੜਾ ਬੰਦਾ ਫੜਿਆ ਜਾਵੇ ਫਿਰ ਉਹ ਇੱਕ ਗਿਆਰਾਂ ਗੁਣਾ ਪਰਚੀ ਦੇ ਪੈਸੇ ਲੈ ਦੇਣ ਲੱਗ। ਅੱਜ ਗੱਡੀਆਂ ਦੇ ਕਮਾਲ ਚੈੱਕ ਕਰਿਆ ਜੇ, ਇਹ ਜਵਾਨ ਨੇ ਰੋਡ ਦੇ ਸੈਂਟਰ 'ਚ ਗੱਡੀ ਖੜੀ ਕਰ ਦੇਣੀ ਹੈ। ਆ ਵੇਖਣ ਅੱਗੇ ਜਾ ਕੇ ਲੱਗਦਾ ਦਿਖਾਉਂਦਾ ਮੈਂ, ਵੀਡੀਓ ਆਪਣਾ ਵੇਖਿਆ ਜੇ ਗੱਡੀ ਕਿੱਥੇ ਖਲੋਂਦੀ, ਅਤੇ ਇੱਥੇ ਤੁਹਾਡੇ ਕੋਈ ਜ਼ਿਆਦਾ ਵੀ ਚਾਹਵਾਂਗਾ। ਅਗਲੀ ਵੀਡੀਓ ਤੋਂ ਅੱਲਾਹ ਹਾਫਿਜ਼। ਤਾਜਦਾਰ ਖਤਮ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ। ਜਿਹੜੇ ਦੋਸਤ ਚੈਨਲ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰਕੇ, ਵੀਡੀਓ ਲਾਈਕ ਕਰਕੇ, ਔਰ ਅੱਛਾ ਜਿਹਾ ਕਮੈਂਟ ਵੀ ਕਰਤਾ ਕਰੋ, ਉਹਦੇ ਨਾਲ ਜਿਹੜਾ ਹੌਸਲਾ ਵੱਧਦਾ, ਹੋਰ ਤਾਂ ਗੱਲ ਕੋਈ ਵੀ ਨਹੀਂ। ਅੱਲਾਹ ਤੁਹਾਡਾ ਮੇਰਾ ਹਾਮੀ ਨਾਸਰ ਹੋਇਆ। ਅੱਲਾਹ ਹਾਫਿਜ਼। ਆਹ ਵੇਖ ਲਓ ਰੋਡ ਦੇ ਵਿਚਕਾਰ ਸੈਂਟਰ 'ਚ ਸਵਾਰੀਆਂ ਪਾਉਣੀਆਂ, ਇਹ ਪਿੱਛੇ ਇੱਥੇ ਮਜ਼ਦੂਰ ਖਲੋਤੇ ਹੁੰਦੇ ਨੇ, ਰੁਆਈ ਪਾਉਣੀ ਗੱਡੀ ਨੂੰ ਆ ਗਿਆ ਨੂੰ ਜਨਾਬ। ਵੇਖਿਆ ਨਾ ਰੋਡ ਦੇ ਵਿਚਕਾਰ ਸਵਾਰੀਆਂ ਬਿਠਾਉਣੀਆਂ ਨੌਜਵਾਨ ਨੇ, ਅਲੀਪੁਰ ਚੱਠਾ ਮੰਡੀ ਪਾਲੀਆ।